ਹੈਲੋ ਮੈਮ, ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ਼੍ਰੀ ਅਕਾਲ ਅਮਨ ਪੁੱਤਰ। ਹਾਂਜੀ, ਕੋਈ ਚਿੰਤਾ ਵਾਲੀ ਗੱਲ ਤਾਂ ਨਹੀਂ ਹੈ? ਓਹੋ ਅੰਕਲ ਜੀ, ਤੁਸੀਂ ਚਿੰਤਾ ਨਾ ਕਰੋ, ਮੈਂ ਕਿਰਤ ਨੂੰ ਬਚਪਨ ਤੋਂ ਜਾਣਦੀ ਹਾਂ। ਐਵੇਂ ਹਲਕੀ ਜਿਹੀ ਪੇਨ ਹੋਈ ਨਹੀਂ ਤਾਂ ਤੁਹਾਨੂੰ ਐਵੇਂ ਪਰੇਸ਼ਾਨ ਕਰ ਦਿੰਦੀ ਹੈ। ਤੁਸੀਂ ਬੈਠੋ, ਮੈਂ ਦੇਖਦੀ ਹਾਂ। ਠੀਕ ਹੈ ਪੁੱਤਰ। ਮੇਰੀ ਵੀ ਤਾਂ ਬੇਟੀ ਆ ਉਹ, ਤੁਸੀਂ ਕੁਝ ਜ਼ਿਆਦਾ ਵਰਡ ਹੋ ਜਾਂਦੇ ਹੋ। ਕਮ ਔਨ, ਬੀ ਅ ਮੈਨ। ਮੈਨ ਤਾਂ ਮੈਂ ਹੈਗਾ, ਪਰ ਨਾਲ ਨਾਲ ਧੀ ਦਾ ਪਿਓ ਵੀ ਹੈ। ਟਿਪੀਕਲ ਫਾਦਰ। ਲਓ ਜੀਜੂ ਵੀ ਆ ਗਏ। ਜਿਉਂਦਾ ਰਹਿ ਪੈਣਾ ਜੀ। ਕੀ ਹੋਇਆ ਜੀ ਕੀਰਤ ਨੂੰ? ਘੰਟਾ ਪਹਿਲਾਂ ਤਾਂ ਠੀਕ ਸੀ ਉਹ, ਮੇਰੇ ਨਾਲ ਫੋਨ 'ਤੇ ਗੱਲ ਹੋਈ ਆ, ਮੈਂ ਦੇਖ ਕੇ ਗਿਆ। ਕੁਝ ਨਹੀਂ ਹੋਇਆ ਉਸਨੂੰ, ਬਸ ਥੋੜ੍ਹਾ ਜਿਹਾ ਪੇਟ 'ਚ ਦਰਦ ਸੀਗਾ, ਅਸੀਂ ਉਹਨੂੰ ਇੱਥੇ ਲਿਆਏ। ਅਮਨ ਗਈ ਆ ਅੰਦਰ, ਹੁਣੇ ਬਾਹਰ ਆ ਕੇ ਸਭ ਦੱਸ ਦਿੰਦੀ ਹੈ। ਮੰਮੀ, ਆਈ ਥਿੰਕ ਕਿਰਤ ਨੇ ਨਾ ਬਾਹਰ ਕੁਝ ਸਸਤਾ ਅਤੇ ਮਾੜਾ ਖਾ ਲਿਆ ਹੋਣਾ, ਇਸ ਕਰਕੇ ਪੇਟ ਦਰਦ ਹੋ ਗਿਆ ਹੋਣਾ। ਇਹੀ ਦੋਵੇਂ ਜਣੇ ਗਏ ਸੀ ਬਾਹਰ, ਰੋਡ ਤੋਂ ਕੋਈ ਗੰਦਾ ਸਟਰੀਟ ਫੂਡ ਖਾ ਲਿਆ ਹੋਏਗਾ। ਇੱਦਾਂ ਦਾ ਕੁਛ ਨਹੀਂ ਖਾਧਾ ਜੀ ਅਸੀਂ, ਬਸ ਨੋਰਮਲ ਘੁੰਮੇ ਆ ਅਤੇ ਸ਼ੋਪਿੰਗ ਕੀਤੀ ਆ। ਕੋਈ ਨਾ ਪੁੱਤਰ, ਤੂੰ ਫਿਕਰ ਨਾ ਕਰ। ਲਓ ਜੀ, ਘਰ ਵਾਲਾ ਸਭ ਵੀ ਆ ਗਏ ਨੇ ਕਿਰਤ ਦੇ। ਕਿਰਤ ਕਿਵੇਂ ਜੀ ਹੁਣ? ਕਿਰਤ ਬਿਲਕੁਲ ਠੀਕ ਹੈ, ਤੁਸੀਂ ਹੁਣ ਮੂੰਹ ਮਿੱਠਾ ਕਰਾਉਣ ਦੀਆਂ ਤਿਆਰੀਆਂ ਕਰੋ। ਹਾਂ, ਮਤਲਬ? ਆਂਟੀ ਜੀ, ਤੁਸੀਂ ਨਾਨੀ ਬਣਨ ਵਾਲੇ ਹੋ। ਅੰਕਲ ਜੀ, ਨਾਨਾ, ਮੈਂ ਮਾਸੀ, ਤੁਸੀਂ ਪਾਪਾ ਬਣਨ ਵਾਲੇ ਹੋ। ਮੈਡਮ ਜੀ, ਹੁਣ ਜੀਜਾ ਜੀ ਨੇ ਕਹੋ ਥੋੜੀ ਥੋੜੀ ਐਕਸਟਰਾ ਕੇਅਰ ਕਰਾਂ। ਕੇਅਰ ਤਾਂ ਐਕਸਟਰਾ ਕਰਨੀ ਪੈਗੀ, ਸੋ ਕਿਰਤ ਹੁਣ ਮੇਰੇ ਕੋਲ ਰਹਿ ਗਈ ਸ਼ਾਇਦ। ਕੇਅਰ ਤਾਂ ਇਹਦੀ ਪਹਿਲਾਂ ਹੀ ਬਹੁਤ ਹੁੰਦੀ ਹੈ ਜੀ, ਹੁਣ ਤਾਂ ਪਿੰਡ ਜਾ ਕੇ ਵਕਤ ਪਊਗਾ ਜਾਂ ਸਭ ਨੂੰ ਖੁਸ਼ਖਬਰੀ ਸੁਣਾਈ। ਕੀਰਤ, ਮੇਰੇ ਪਿੰਡ ਚੱਲੇ ਆਪਾਂ। ਚੱਲ। ਬਿਲਕੁਲ ਬਿਲਕੁਲ ਜੀ, ਜੁੜਨੇ ਸ਼ੁਰੂ ਹੋ ਗਏ ਅੱਜ ਫਿਰ। ਲਓ ਜੀ, ਅਸੀਂ ਅੱਜ ਆਪਣੇ ਪਿੰਡ ਤੋਂ ਲਾਈਵ ਹੋ ਚੁੱਕੇ ਹਾਂ। ਲਓ ਜੀ, ਸਨ ਘੱਤਰ ਦੇ ਸਕੂਟਰ 'ਤੇ ਸਾਡੀ ਦਾਦੀ ਬਹਿ ਕੇ ਆ ਗਈ, ਸਾਡੀ ਦਾਦੀ ਵੀ ਸਨ ਘੱਤਰ ਦੀ ਹੈ। ਲਓ ਹੁਣ ਉੱਤਰਦੇ ਆ, ਕਲੇਸ਼ ਪਾਊਗੀ। ਆ ਲਓ ਜੀ, ਪੈ ਗਿਆ ਕਲੇਸ਼। ਸਾਰੀ ਉਮਰ ਲੰਘੀ, ਸਕੂਟਰ ਨਹੀਂ ਚਲਾਉਣਾ ਆਇਆ ਤੈਨੂੰ? ਤੇ ਤੂੰ ਸਿੱਖ ਲਾ, ਹੱਥ ਕਰਦੀਆਂ ਮਾਤਾ, ਆਰਾਮ ਨਾਲ ਤੈਨੂੰ ਲੈ ਕੇ ਗਿਆ, ਆਰਾਮ ਨਾਲ ਤੈਨੂੰ ਲੈ ਕੇ ਆਇਆ, ਹੋਰ ਤੈਨੂੰ ਸਕੂਟਰ 'ਤੇ ਬਿਸਤਰਾ ਵੀ ਜਾ ਕੇ ਲੈ ਜਾਂਦਾ। ਸਤਿ ਸ਼੍ਰੀ ਅਕਾਲ ਬੇਬੇ। ਉਹ ਜਿੰਦਰ ਆਈ ਜਰਾ, ਉਹ ਜਿੰਦਰ ਹੱਥ ਪਵਾਈ ਜਰਾ। ਚੱਲ ਕੋਈ ਨੀ, ਮੈਂ ਲੈ ਜਾਂਦਾ ਆਪੇ। ਜਿੰਦਰ, ਹਾਂਜੀ ਰਿਹਾ ਬੀਬੀ, ਸਿੱਧੀ ਬੈਂਕ ਤੋਂ ਆ ਰਹੀ ਆ, ਪੇਮੈਂਟ ਫੁੱਲ ਹੈ ਜੀ, ਅੱਜ ਨਜ਼ਾਰੇ ਵੱਜਣਗੇ। ਆ ਲੈ ਬੈਂਕ ਦੀ, ਤੂੰ ਕੀ ਕਰਨੀ ਹੈ? ਤੂੰ ਤਾਂ ਕਦੇ ਸਕੂਲ ਦੀ ਕਾਪੀ ਨਹੀਂ ਸਾਂਭੀ, ਇਹ ਮੇਰੇ ਸੰਦੂਕ 'ਚ ਰੱਖ ਦੇ। ਠੀਕ ਹੈ ਬੀਬੀ। ਅਤੇ ਆ ਲੈ 2000 ਰੁਪਈਆ, ਰਾਸ਼ਨ ਲਿਆ ਤਾ ਅਤੇ ਇਹ ਘਰ ਦੇ ਛੋਟੇ ਮੋਟੇ ਖਰਚੇ। ਠੀਕ ਹੈ ਬੀਬੀ, ਠੀਕ ਹੈ ਬੀਬੀ, ਮੈਂ ਰੱਖ ਕੇ ਆਈ। ਸਤਵੰਤ, ਆ ਲੈ, ਤੂੰ ਕੀ ਕਰਨੀ? ਲੈ 1000 ਰੁਪਈਆ, ਸ਼ਗਨ ਸ਼ੁਗਨ ਦੇਣ ਦੇ ਕੰਮ ਆਉਂਦਾ। ਐਵੇਂ ਨਾ ਟੌਰ ਦੇ ਮਾਰੇ 500 ਫੜਾ ਲਿਆ ਕਰੋ, ਕਾਪੀ ਖੋਲ ਕੇ ਦੇਖ ਲਿਆ ਕਰੋ ਕਿ ਅਗਲੇ ਨੇ ਕਿੰਨੇ ਦਿੱਤੇ ਆ, ਉਸੇ ਹਿਸਾਬ ਕਿਤਾਬ ਨਾਲ ਅਗਲੇ ਮੱਥੇ ਮਾਰੇ। ਆ ਗਈ ਸਮਝ? ਹਾਂ ਬੇਟਾ।
ਬੇ ਸੱਤੂ ਲੈ ਸੱਤੂ ਆ ਗਿਆ ਹੁਣ ਵੀਰ ਬਣਾਵਾਂਗੇ ਜੀ ਬਣਾਵਾਂਗੇ ਸਭ ਨਾਲ ਬਣਾਵਾਂਗੇ ਰੀਲਾ ਕੋਈ ਰੌਲਾ ਨਹੀਂ ਲਓ ਜੀ ਬੀਬੀ ਨੇ ਪੂਰਾ ਫੁੱਲ ਪੇਮੈਂਟ ਆ ਚੁੱਕੀ ਹੈ ਜੀ ਆਪਣੇ ਕੋਲ ਬੀਬੀ 500 ਰੁਪਏ ਹੋਰ ਦੇ ਦੇ ਮੈਂ ਐਡ ਲਾਉਣੀ ਆ ਹੋਰ ਵੀ ਜੀ ਠੀਕ ਹੋ ਤੁਸੀਂ ਮੈਂ ਤਾਂ ਚੰਗੀ ਭਲੀ ਹਾਂ ਪੁੱਤ ਮੈਨੂੰ ਕੀ ਹੋਣਾ ਸੀ ਬਸ ਕਰ ਪੁੱਤ ਮੈਂ ਹਾਲੇ ਇੰਨੀ ਬੁੱਢੀ ਨਹੀਂ ਹੋਈ ਉਹ ਬੀਜੀ ਤੁਹਾਨੂੰ ਕਿਹਨੇ ਕਿਹਾ ਕਿ ਤੁਸੀਂ ਬੁੱਢੇ ਹੋ ਗਏ ਮੈਂ ਤਾਂ ਤੇਰੇ ਨਿਆਣਿਆਂ ਨੂੰ ਆਪਣੇ ਮੋਢੇ ਤੇ ਬਿਠਾ ਕੇ ਨਾ ਘੁਮਾਇਆ ਕਰਨਾ ਬਸ ਨਾਨਕਿਆਂ ਤੇ ਨਾ ਜਾਣ ਜੇ ਸ਼ਹਿਰੀ ਹੋ ਗਏ ਤਾਂ ਮੇਰਾ ਮਰਨ ਹੋ ਜੂ ਤੁਸੀਂ ਵੀ ਨਵੀਂ ਜੀ ਭੂਆ ਸੌਖਾ ਕੀ ਗੱਲ ਹੋਈ ਭੈਣ ਜੇ ਕੋਈ ਗੱਲ ਹੀ ਤਾਂ ਸੁਨੇਹਾ ਕਰ ਦਿੰਦੀ ਤੁਹਾਡੇ ਸੁਨੇਹੇ ਦੀ ਤਾਉੜੀ ਕਰਦੀ ਰਹੀ ਲੱਗਦਾ ਸੀ ਹਰਮੀਤ ਆਊਗਾ ਡੱਬਾ ਲੈ ਕੇ ਦੱਸਣਾ ਵੀ ਲੈ ਭੂਆ ਮੈਂ ਪਿਓ ਬਣਨ ਵਾਲਾ ਬਸ ਉਡੀਕਦੀ ਰਹੀ ਭੂਆ ਨੂੰ ਤਾਂ ਸਾਰੇ ਟੱਬਰ ਨੇ ਬੇਗਾਨੀ ਕਰਤਾ ਭੂਆ ਮੈਂ ਤੇ ਡੈਡੀ ਆਉਣ ਲੱਗੇ ਸੀ ਸਵੇਰੇ ਡੱਬਾ ਲੈ ਕੇ ਡੈਡੀ ਦੱਸਿਓ ਮਾੜਾ ਜਿਹਾ ਇਹਨੇ ਕਿੱਥੇ ਆਉਣ ਦੇਣਾ ਇਹਦਾ ਤਾਂ ਅੱਗੇ ਹੀ ਹੱਥ ਤੰਗ ਹੈ ਮੇਰੇ ਵੱਲੋਂ ਹੋ ਗਈ ਫਿਰ ਸ਼ੁਰੂ ਕੀ ਕਿਹਾ ਨਿੱਕਿਆ ਭਰਾ ਤਾਂ ਸੀ ਜਿਹੇ ਜੇ ਸੀ ਮੈਨੂੰ ਐਂ ਲੱਗਦਾ ਸੀ ਵੀ ਭਾਬੀਆਂ ਤਾਂ ਮੇਰੀਆਂ ਹੋਣਗੀਆਂ ਇਹ ਜਦੋਂ ਦੀਆਂ ਦੋਵੇਂ ਆਈਆਂ ਨੇ ਭਰਾਵਾਂ ਨੂੰ ਵੀ ਵੱਖ ਕਰਤਾ ਹਾਏ ਹਾਏ ਬੀਬੀ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਤੂੰ ਅੱਧੀ ਰਾਤ ਨੂੰ ਸੁੱਖ ਨਾਲ ਇਸ ਘਰ 'ਚ ਪੂਰਾ ਮਾਣ ਹੈ ਤੇਰਾ ਤੂੰ ਬੈਠ ਸਤਵੰਤ ਦੁੱਧ ਲਿਆਉਂਦੀ ਹੈ ਤੇਰੇ ਲਈ ਬਸ ਕਰ ਸੀਤੋ ਤੇਰਾ ਰੇਡੀਓ ਚੱਲਣ ਲੱਗ ਗਏ ਨਾ ਫਿਰ ਬੰਦ ਨਹੀਂ ਹੁੰਦਾ ਮੁੜ ਕੇ ਪੈਰੀ ਪੈਣਾ ਭੂਆ ਜੀ ਨਾ ਪੁੱਤ ਜਦੋਂ ਤੱਕ ਨਿੱਕਾ ਨਿਆਣਾ ਨਹੀਂ ਨਾ ਹੁੰਦਾ ਪੈਰੀ ਹੱਥ ਲਾਉਣ ਨੂੰ ਛੁੱਟੀ ਦੇ ਦੇ ਵਧਾਈਆਂ ਹੁਣ ਪੁੱਤ ਦੇਖ ਲਾ ਬੇਬੇ ਤੇਰੀ ਪੋਤ ਨੂੰ ਨਾ ਮੇਰਾ ਬਾਲਾ ਹੀ ਕਰਦੀ ਹੈ ਨਹੀਂ ਤਾਂ ਇਸ ਘਰ 'ਚ ਮੈਨੂੰ ਕੋਈ ਦੇਖ ਕੇ ਨਹੀਂ ਜਰਦਾ ਮੰਮੀ ਤੁਸੀਂ ਇਕੱਲੇ ਲੱਗੇ ਹੋ ਮੈਨੂੰ ਕਹਿ ਦੇ ਕਿਰਤ ਹੈ ਹਰਮੀਤ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਕੁੜੀ ਨੇ ਜੇ ਕੋਈ ਭਾਰੀ ਕੰਮ ਕੀਤਾ ਜਾਂ ਭਾਰੀ ਚੀਜ਼ ਚੁੱਕੀ ਮੈਂ ਤੇਰੇ ਟੰਗਾ ਛੰਗ ਠੀਕ ਹੈ ਵੀ ਜੀ ਮੈਂ ਤਾਂ ਕਹਿੰਦੀ ਹਾਂ ਅੱਜ ਤੋਂ ਬਾਅਦ ਨਿਆਣਾ ਹੋਣ ਤੱਕ ਕੀਰਤ ਘਰ ਦਾ ਕੋਈ ਕੰਮ ਨਹੀਂ ਕਰੂਗੀ ਸਾਰਾ ਕੰਮ ਜਿੰਦਰ ਤੇ ਸਤਵੰਤ ਕਰਨੀ ਆ ਨਾਲੇ ਘਰ ਦਾ ਕੰਮ ਹੁੰਦਾ ਕਿੰਨਾ ਕੁ ਹੈ ਜੀ ਬੇਬੇ ਹਾਂ ਬੇਬੇ ਵੀ ਕੋਈ ਕਰਨਗੇ ਆਪਾਂ ਰਲ ਮਿਲ ਕੇ ਕਰ ਲਾਂਗੇ ਕੰਮ ਹੁੰਦਾ ਕਿੰਨਾ ਕੁ ਕਰਦਾ ਕਿਉਂ ਵੀ ਠੀਕ ਆ ਕਰ ਲੈਣਗੇ ਵੱਡੇ ਰਲ ਮਿਲ ਨਾ 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 ਆ ਚੱਕ ਬੱਲੇ ਉਹ ਪੁੱਤਰਾ ਹਰਮੀਤ ਸਿੰਘ ਇੱਥੇ ਤਾਸ਼ ਦੀਆਂ ਬਾਜ਼ੀਆਂ ਲੈ ਜਾਣਾ ਕਿਤੇ ਸਾਡੇ ਕੋਲ ਵੀ ਬਹਿ ਜਾ ਕਰ ਉਹ ਮੈਂ ਤਾਂ ਤੁਹਾਨੂੰ ਲੱਭਦਾ ਫਿਰਦਾ ਸੀ ਉਹ ਮੈਂ ਕਿਤੇ ਗਵਾਚਿਆ ਹੋਇਆ ਸੀ ਮੈਂ ਤਾਂ ਤੇਰੀ ਭੂਆ ਸੀਤੋਲ ਗਿਆ ਸੀਗਾ ਉਹ ਭਰਾਵਾ ਮੇਰੇ ਦੁਆਲੇ ਹੋ ਗਈ ਮੈਂ ਤਾਂ ਫਟਾਫਟ ਨਿਕਲਣ ਦੀ ਕੀਤੀ ਫੁੱਫੜ ਤੇਰਾ ਵਿਚਾਰਾ ਹੁਣ ਫਸਿਆ ਤੁਸੀਂ ਤੇ ਫੁੱਫੜ ਵੀ ਜਿੱਥੇ ਟਾਈਮ ਲੱਗਦਾ ਜਦੇ ਭੂਆ ਦੀਆਂ ਚੁਗਲੀਆਂ ਸ਼ੁਰੂ ਕਰ ਦਿੰਦੇ ਆ ਜਦੋਂ ਵਿਆਹ ਵਾਲੇ ਬੰਦੇ ਆਪਸ 'ਚ ਮਿਲਦੇ ਆ ਨਾ ਸੌ ਦੁੱਖ ਸੁੱਖ ਕਰਦੇ ਆ ਆਪਣੇ ਆ ਨਾਲੇ ਆਪਾਂ ਆਪਣੀ ਜਨਾਨੀ ਦੀਆਂ ਚੁਗਲੀਆਂ ਕਰਨ ਦਾ ਸਵਾਦ ਹੀ ਹੋਰ ਹੁੰਦਾ ਹੈ ਅੜੀ ਹੈ ਇੱਕ ਗੱਲ ਦੱਸ ਯਾਰ ਪੁੱਛ ਜਦ ਮੈਂ ਹੋਣ ਵਾਲਾ ਸੀ ਹਾਂ ਤੈਨੂੰ ਵੀ ਉਹੀ ਮਹਿਸੂਸ ਹੋ ਰਿਹਾ ਸੀ ਜੋ ਮੈਨੂੰ ਹੋ ਰਿਹਾ ਮਤਲਬ
ਪਿਓ ਬਣਨ ਦੀ ਖਬਰ ਸੁਣ ਕੇ ਤੈਨੂੰ ਵੀ ਉਹੀ ਫੀਲ ਹੋ ਰਿਹਾ ਸੀ ਜੋ ਮੈਨੂੰ ਹੋ ਰਿਹਾ? ਸੱਚੀ ਗੱਲ ਤਾਂ ਇਹ ਆ ਪੁੱਤਰਾ, ਬਈ ਮਾਂ ਬਣਨ ਦੀ ਖੁਸ਼ੀ ਬਹੁਤ ਵੱਡੀ ਹੁੰਦੀ, ਇਹ ਤਾਂ ਸਾਰੀ ਦੁਨੀਆ ਦੱਸਦੀ ਆ, ਪਰ ਪਿਓ ਬਣਨ ਦੀ ਖੁਸ਼ੀ ਕਿੰਨੀ ਵੱਡੀ ਹੁੰਦੀ ਆ ਇਹ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ। ਕਿਉਂਕਿ ਪਿਓ ਜਿਹੜਾ ਹੁੰਦਾ ਨਾ, ਉਹ ਖੁਸ਼ੀ ਜਾਂ ਗਮੀ ਦੇ ਜਿਹੜੇ ਭਾਵ ਹੁੰਦੇ ਨੇ ਉਹਨਾਂ ਨੂੰ ਕਦੇ ਚਿਹਰੇ 'ਤੇ ਆਉਣ ਹੀ ਨਹੀਂ ਦਿੰਦਾ, ਹਾਲਾਂਕਿ ਖੁਸ਼ੀ ਉਹਨੂੰ ਵੀ ਉਨੀ ਹੁੰਦੀ ਹੈ। ਬੰਦੇ ਨੂੰ ਔਲਾਦ ਦੀ ਖੁਸ਼ੀ ਇੰਨੀ ਹੁੰਦੀ ਹੈ ਵੀ ਜਿੰਨੀ ਮਹਿਲ ਮਨਾਰੇ ਪਾ ਕੇ ਵੀ ਨਹੀਂ ਹੁੰਦੀ ਬੰਦੇ ਨੂੰ। ਹਾਂ ਚਲੀਏ। ਚੱਲ ਭਰਾਵਾ, ਜਾਣਾ ਹੀ ਪੈਣਾ, ਮਾਂ ਤੇਰੀ ਨਾਲ ਲਾਵਾਂ ਲਈਆਂ, ਉਸ ਤੋਂ ਬਿਨਾਂ ਕਿੱਥੇ ਗੁਜ਼ਾਰਾ ਆਪਣਾ। ਤਾਈ 18 ਹੋ ਗਈਆਂ ਜੀ ਵੀ ਕਿੰਨੇ ਆਪਾਂ 17 ਤਾਂ ਸਾਡੇ ਨਿਕਲ ਜਣੀਆਂ। ਜਦੋਂ ਤੁਸੀਂ ਰੋਟੀ ਲਾਉਣ ਲਈ ਆਪਣੀ ਬਾਂਹ ਨੂੰ ਤੰਦੂਰ ਦੇ ਅੰਦਰ ਲੈ ਕੇ ਜਾਂਦੇ ਹੋ, ਤੁਹਾਡੀ ਬਾਂਹ ਨੂੰ ਸੇਕ ਨਹੀਂ ਲੱਗਦਾ? ਇਹਨਾਂ ਸ਼ਹਿਰ ਨੂੰ ਸੇਕ ਲੱਗਦਾ ਹੈ, ਸਾਨੂੰ ਪਿੰਡ ਬਾਂਹ ਨੂੰ ਨਹੀਂ ਲੱਗਦਾ। ਮੈਂ ਟਰਾਈ ਕਰਾਂ। ਕਰ ਲੈ। ਨਾ ਨਾ, ਜੇ ਤੇਰੀ ਬਾਂਹ ਨੂੰ ਸੇਕ ਲੱਗ ਗਿਆ ਤੇਰੀ ਮਾਂ ਨੂੰ ਕੀ ਜਵਾਬ ਦਿੰਦੇ ਫਿਰਾਂਗੇ? ਗੱਲਾਂ ਗੱਲਾਂ ਜੀ ਮਾਰਦੇ ਨੇ ਸਾਡਾ ਮੁੰਡਾ ਉਹਨੇ। ਕਿੰਨਾ ਟਾਈਮ ਲੱਗਣਾ ਅਜੇ ਹੋਰ? ਬਸ ਜੀ 5-7 ਮਿੰਟ ਹੀ ਲੱਗਣਗੇ ਹੋਰ। ਨਾ ਤੇਰੇ ਜੀ ਨਹੀਂ ਲੱਗਦਾ ਉਹਦੇ ਬਿਨਾਂ? ਵੀ ਸ਼ਰਮ ਕਿਤੋਂ ਦਾ? ਮੈਂ ਤੇ ਭੁੱਖ ਲੱਗੀ ਸੀ ਬੇਬੇ, ਤੂੰ ਤਾਂ ਗੱਲ ਪੁੱਠੇ ਪਾਸੇ ਲੈ ਜਾਂਦੀ। ਕੀ ਬਾਤ ਆ ਮੰਮੀ, ਤੰਦੂਰੀ ਰੋਟੀਆਂ ਲੈ ਹੋਰ। ਮੈਂ ਕਿਹਾ ਮੇਰੇ ਪੁੱਤ ਦਾ ਜੀ ਕਰਦਾ ਹੋਣਾ, ਕਿੰਨੇ ਦਿਨ ਹੋ ਗਏ ਖਾਧੀ ਨੀ ਤੂੰ? ਸੱਚੀ ਨੀ ਖਾਧੀ। ਤੂੰ ਫਿਕਰ ਕਿਉਂ ਕਰੀ ਜਾਂਦੇ? ਓ ਨਹੀਂ ਬੀਜੀ, ਫਿਕਰ ਨਹੀਂ ਕਰ ਰਿਹਾ ਮੈਂ। ਪੁੱਠਾ ਸਿੱਧਾ ਖਾ ਲਿਆ, ਉਹ ਨੱਚਦੀਆਂ ਟੱਪਦੀਆਂ ਰਹੀਆਂ, ਆਪਦੀ ਉਮਰ ਤਾਂ ਦੇਖਦੀਆਂ ਨੇ, ਕੁੜੀਆਂ ਬਣ ਬਣ ਬਹਿੰਦੀਆਂ ਦਰਾਣੀ ਛਾਣੀ। ਨਾ ਤੂੰ ਕਾਹਤੋਂ ਮੂੰਹ ਲਟਕਾਇਆ? ਨਹੀਂ ਨਹੀਂ ਕੁਛ ਨਹੀਂ ਆਇਆ, ਵੇਖ ਲਿਓ ਡਾਕਟਰ ਨੇ ਵੀ ਆ ਕੇ ਹੀ ਕਹਿਣਾ। ਲਓ ਆ ਗਈ ਡਾਕਟਰ ਨੀ ਸਾਹਿਬਾ। ਹਾਂਜੀ ਬੇਬੇ ਜੀ, ਚਿੰਤਾ ਕਰਨ ਦੀ ਕੋਈ ਗੱਲ ਨਹੀਂ, ਸਭ ਠੀਕ ਹੈ। ਮੈਂ ਕਿਹਾ ਨਾ ਕਿ ਡਾਕਟਰ ਨੇ ਆ ਕੇ ਵੀ ਇਹੋ ਕਹਿਣਾ, ਵੇਖ ਲਓ ਇਹ ਜੀ ਹਾਲਤ ਇਸ ਤਰ੍ਹਾਂ ਹੋ ਜਾਂਦਾ। ਆਹੋ ਮੈਂ ਤਾਂ ਆਪ ਇਹੀ ਕਹਿੰਦੀ ਸੀ, ਸਾਡੇ ਘਰੇ ਪ੍ਰੋਗਰਾਮ ਸੀ, ਜਦੋਂ ਨੱਚਦੇ ਟੱਪਦੇ ਸੀ ਤਾਂ ਆਹੀ ਕੁਛ ਹੋਣਾ ਸੀ। ਫਿਕਰ ਕਰੀ ਜਾਂਦਾ ਸੀ। ਨਹੀਂ ਨਹੀਂ ਬੇਬੇ ਜੀ, ਤੁਸੀਂ ਦਾਦੀ ਬਣਨ ਵਾਲੇ ਹੋ ਨਾ, ਇਸ ਕਰਕੇ ਡਿੱਗ ਗਈ। ਨਹੀਂ ਦਾਦੀ ਨਹੀਂ, ਪੜਦਾਦੀ ਬਣਨ ਦੇ ਚਾਅ 'ਚ ਪ੍ਰੋਗਰਾਮ ਕਰਾਇਆ ਸੀ, ਨੱਚਦੀਆਂ ਟੱਪਦੀਆਂ ਰਹੀਆਂ ਤੇ ਚੱਕਰ ਖਾ ਕੇ ਡਿੱਗ ਪਈ। ਨਹੀਂ ਨਹੀਂ ਤੁਸੀਂ ਦਾਦੀ ਬਣਨ ਵਾਲੇ ਹੋ, ਇਸੇ ਕਰਕੇ ਉਹ ਚੱਕਰ ਖਾ ਕੇ ਡਿੱਗ ਪਈ। ਮੈਨੂੰ ਲੱਗਦਾ ਤੈਨੂੰ ਦਵਾਈਆਂ ਦਾ ਨਸ਼ਾ ਚੜ ਗਿਆ। ਮੈਂ ਪੜਦਾਦੀ ਬਣਨ ਵਾਲੀ ਹਾਂ ਤੇ ਜਿਹੜੀ ਅੰਦਰ ਪਈ ਉਹ ਦਾਦੀ ਬਣਨ ਵਾਲੀ ਹੈ। ਬੇਬੇ ਜੀ ਮੇਰੀ ਗੱਲ ਨੂੰ ਸਮਝੋ ਤੁਸੀਂ। ਹਾਂ ਤੁਸੀਂ ਦਾਦੀ ਬਣਨ ਵਾਲੇ ਹੋ ਤੇ ਜਿਹੜੀ ਅੰਦਰ ਪਈ ਹੈ ਉਹ ਮਾਂ ਬਣਨ ਵਾਲੀ ਹੈ। ਹਾਂ ਕੀਰਤ, ਲਵਲੀਨ ਨੂੰ ਲੈ ਕੇ ਚੱਲ, ਰੈਸਟ ਕਰ। ਤੂੰ ਵੀ ਭੱਜ ਜਾ।
ਬੇਬੇ ਮੇਰੀ ਗੱਲ ਖਬਰਦਾਰ ਮੈਨੂੰ ਬੇਬੇ ਕਿਹਾ ਤੈਨੂੰ ਸ਼ਰਮ ਨਹੀਂ ਆਈ ਇਹ ਸੁਮਨ ਜੇ ਕੰਮ ਕਰਦੀ ਨੂੰ ਸਾਰੇ ਪਿੰਡ ਚ ਮੇਰਾ ਨੱਕ ਉਡਾ ਕੇ ਰੱਖਤਾ ਬੇਬੇ ਉਹਦੀ ਕੋਈ ਗਲਤੀ ਨਹੀਂ ਹੈ ਹਰਮੀਤ ਪੁੱਤ ਉਹ ਰਹਿ ਗਿਆ ਹੁਣ ਕੋ ਸੁਣਨ ਨੂੰ ਸ਼ਰਮ ਆਉਂਦੀ ਆ ਮੈਨੂੰ ਵੀ ਤੈਨੂੰ ਕਿਉਂ ਸ਼ਰਮ ਆਵੇ ਸ਼ਰਮ ਇਹਨਾਂ ਦੋਨਾਂ ਜੀਆਂ ਨੂੰ ਆਉਣੀ ਚਾਹੀਦੀ ਆ ਨਾ ਹੁਣ ਕੁੜਮਾ ਚਾਰ ਚ ਕੀ ਮੂੰਹ ਦਿਖਾਉਂਗੇ ਨਾਲੇ ਇਹ ਆਦੋ ਸਾਰਿਆਂ ਨੂੰ ਕੀ ਮੂੰਹ ਦਿਖਾਊਗਾ ਬੇਬੇ ਚੁੱਪ ਕਰ ਸੁਣ ਲਓ ਮੇਰੀ ਗੱਲ ਦੋਵੇਂ ਜੀ ਕੱਲ ਹੀ ਐਸਾ ਕਰੋ ਜੋ ਕੁਛ ਕਰਨਾ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਇਸ ਕਰਕੇ ਬਦਨਾਮੀ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਆਪਣੇ ਜਵਾਕ ਨੂੰ ਕੁਛ ਨਹੀਂ ਹੋਣ ਦੇਣਾ ਗੱਲ ਸੁਣੀ ਜੇ ਇਸ ਘਰ ਚ ਰਹਿਣਾ ਤਾਂ ਇਹਨੂੰ ਛੱਡਣਾ ਪਊਗਾ ਜੇ ਇਹਨੂੰ ਰੱਖਣਾ ਤਾਂ ਦੋਹਾਂ ਜੀਆਂ ਨੂੰ ਘਰ ਛੱਡਣਾ ਪਊਗਾ ਬੇਬੇ ਅਸੀਂ ਦੋਹਾਂ ਨੇ ਵੇਖ ਲਾ ਪੁੱਤ ਪੁੱਤਰਾਂ ਵਾਲੇ ਹੋ ਗਿਆ ਤੇਰਾ ਕੋਈ ਅਜੇ ਤੱਕ ਕਹਿਣਾ ਮੋੜਿਆ ਨਹੀਂ ਮੋੜਿਆ ਨਾ ਸਾਰਾ ਪਿੰਡ ਵੀ ਤੇਰੀ ਸਲਾਹ ਨਾਲ ਤੁਰਦਾ ਥੋੜ੍ਹਾ ਜਿਹਾ ਤੇ ਸੋਚ ਜੇ ਦੋਵੇਂ ਇਸ ਹਾਲਤ ਦੇ ਵਿੱਚ ਘਰੋਂ ਬਾਹਰ ਜਾਣਗੇ ਤੇ ਰੱਬ ਨਾ ਕਰੇ ਕੋਈ ਅਭੀ ਨਬੀ ਹੋ ਗਈ ਬਦਨਾਮੀ ਤਾਂ ਤੇਰੇ ਸਿਰ ਤੇ ਆਉਣੀ ਹੈ ਬੇਬੇ ਹਾਂ ਬੇਬੇ ਹੁਣ ਫਿਰ ਵੀ ਲੋਕਾਂ ਨੇ ਤੇ ਇਹੀ ਕਹਿਣਾ ਕਿ ਧਨਕੁਰ ਦਾ ਮੁੰਡਾ ਤੇ ਨੂੰ ਕਿਹੜੇ ਹਾਲਾਤਾਂ 'ਚ ਘਰੋਂ ਬਾਹਰ ਹੋਏ ਆ ਜੇ ਤੁਹਾਡੇ ਦੋਹਾਂ ਜੀਆਂ ਨੂੰ ਇਹਨਾਂ ਦਹੇਜ ਆਉਂਦਾ ਨਾ ਤੁਸੀਂ ਵੀ ਇਹਨਾਂ ਦੇ ਨਾਂ ਨਿਕਲ ਜਾਓ ਮੈਨੂੰ ਕਿੱਥੇ ਦੀ ਲੋੜ ਨਹੀਂ ਬੇਬੇ ਤੈਨੂੰ ਨਾ ਸੀ ਪਰ ਸਾਨੂੰ ਤਾਂ ਹਮੇਸ਼ਾ ਤੇਰੀ ਲੋੜ ਹੈ ਜੋੜਿਆ ਕਹਿ ਦੇ ਆਪਦੀ ਦੀਵ ਨੂੰ ਲੈ ਕੇ ਘਰੋਂ ਨਿਕਲ ਜੇ ਮੇਰੀ ਅੱਖਾਂ ਸਾਹਮਣੇ ਨਾ ਆਵੇ ਬੇਬੇ ਇਸ ਤਰ੍ਹਾਂ ਘਰੋਂ ਨਾ ਕੱਢ ਹੋਰ ਜਿਹੜੀ ਮਰਜ਼ੀ ਸਦਾ ਕਹਿਣੀ ਉਹ ਇਹਨਾਂ ਨੂੰ ਮਨਜ਼ੂਰ ਹੈ ਪਰ ਇਸ ਤਰ੍ਹਾਂ ਘਰੋਂ ਨਾ ਕੱਢ ਬੇਬੇ ਨਿੱਕੀ ਹੈ ਕਹਿ ਦੇ ਇਹਨਾਂ ਨੂੰ ਜਦੋਂ ਤੱਕ ਇਹ ਨਿਬੜ ਨਹੀਂ ਜਾਂਦਾ ਮੇਰੇ ਮੂਹਰੇ ਨਾ ਆਵੇ ਜਦੋਂ ਇਹ ਜੀ ਆ ਗਿਆ ਇਹਨੂੰ ਲੈ ਕੇ ਦੋਨੋਂ ਜਣੇ ਘਰੋਂ ਨਿਕਲ ਜਾਣ ਮੌਜਾਂ ਲੱਗੀਆਂ ਪਈਆਂ ਚਾਚਾ ਦੁੱਧ ਪਾਈਦਾ ਲੈਈਦਾ ਕਿਵੇਂ ਆਵਾਂ ਗਿਆ ਵਧੀਆ ਬਾਈ ਐਂ ਕਰੀ ਕੱਲ੍ਹ ਸਵੇਰੇ 10 ਕਿਲੋ ਦੁੱਧ ਵੱਧ ਲੈ ਜੀ ਘਰੋਂ ਠੀਕ ਹੈ ਬਾਈ ਹਰਮੀਤ ਸਿਆਂ ਬਹੁਤ ਬਹੁਤ ਵਧਾਈਆਂ ਹੋਣ ਬਈ ਤੈਨੂੰ ਵੀ ਚਾਚਾ ਤੂੰ ਵੀ ਖਿੱਚ ਲੈ ਤਿਆਰੀ ਜਵਾਕ ਨੂੰ ਮੋਢਿਆਂ 'ਤੇ ਖਿਡਾਉਣ ਲਈ ਧੰਨਵਾਦ ਚਾਚਾ ਮੈਨੂੰ ਕੰਮ ਆ ਥੋੜ੍ਹਾ ਜਿਹਾ ਮਿਲਦਾ ਫਿਰ ਉਹ ਚਾਚਾ ਸੁਖਦੇਵ ਸੋਦੀਆਂ ਵਧਾਈਆਂ ਵੀ ਨਾਲ ਹੀ ਦੇ ਦੇ ਇਹਨੂੰ ਇਹਦੇ ਹਲਤਾ ਦੋ ਦੋ ਵਧਾਈਆਂ ਨੇ ਅੱਛਾ ਇੱਕ ਪਾਸੇ ਵੱਡਾ ਭਰਾ ਬਣ ਜਾਣਾ ਤੇ ਦੂਜੇ ਪਾਸੇ ਪਿਓ ਕਿਉਂ ਚਾਚਾ ਦੀਦੀ ਜੇ ਮੁੰਡਾ ਹੋਊਗਾ ਨਾ ਤਾਂ ਆਪਾਂ ਬਲੂ ਕਲਰ ਦੀ ਡਰੈਸ ਆਰਡਰ ਕਰਾਂਗੇ ਤੇ ਜੇ ਕੁੜੀ ਹੋਏਗੀ ਤਾਂ ਪਿੰਕ ਦੀਦੀ ਦੀਦੀ ਤੁਸੀਂ ਮੇਰੀ ਗੱਲ ਸੁਣ ਵੀ ਰਹੇ ਹੋ ਕਿ ਨਹੀਂ ਜਿਹੜੀ ਚੰਗੀ ਲੱਗਦੀ ਆਰਡਰ ਕਰ ਲਾ ਹੱਦ ਆ ਵੈਸੇ ਮੈਂ ਕੁੜੀ ਮੁੰਡੇ ਦੀ ਡਰੈਸ ਦੀ ਗੱਲ ਕਰ ਰਹੀ ਹਾਂ ਆਪਣੀ ਡਰੈਸ ਦੀ ਨਹੀਂ ਚਿੜੀਆਘਰ ਵਰਗਾ ਘਰ ਸੀ ਅਤੇ ਅੱਜ ਕੱਲ੍ਹ ਕੋਈ ਸਿੱਧੇ ਮੂੰਹ ਬੁਲਾਇਆ ਨਹੀਂ ਬੋਲਦਾ ਤੁਸੀਂ ਮੈਨੂੰ ਦੱਸੋਗੇ ਵੀ ਗੱਲ ਕੀ ਹੋਈ ਆ ਕੀ ਦੱਸਾਂ ਤੈਨੂੰ ਨਾਲੇ ਤੈਨੂੰ ਮੇਰਾ ਘਰ ਚਿੜੀਆਘਰ ਲੱਗਦਾ ਨਹੀਂ ਮਨ ਹੈਗਾ ਨਾ ਦੱਸਣ ਦਾ ਅਤੇ ਨਾ ਦੱਸੋ ਐਟਲੀਸਟ ਫੇਕ ਰਿਐਕਟ ਤਾਂ ਨਾ ਕਰੋ
ਨਹੀਂ ਬਸ ਹਰਮੀਤ ਆਈ ਨੋ ਤੁਸੀਂ ਪਰੇਸ਼ਾਨ ਹੋ ਮੈਂ ਵੀ ਉਹੀ ਸੋਚ ਰਹੀ ਹਾਂ ਜੋ ਤੁਸੀਂ ਸੋਚ ਰਹੇ ਹੋ ਤੂੰ ਟੈਨਸ਼ਨ ਨਾ ਲੈ ਮੈਂ ਹੈਗਾ ਨਾ ਮੈਂ ਸਾਂਭ ਲੂੰ ਆਪੇ ਕੀ ਸਾਂਭ ਲਓਗੇ ਤੁਸੀਂ ਇਹ ਤੁਹਾਡੇ ਸਾਂਭਣ ਵਾਲਾ ਨਹੀਂ ਹੈ ਸੋਚੋ ਜੇ ਇਹ ਗੱਲ ਬਾਹਰ ਪਤਾ ਲੱਗ ਗਈ ਅਸੀਂ ਤਾਂ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ ਨਾਲੇ ਕਿੰਨੇ ਚਾਹ ਸੀ ਮੇਰੇ ਕਿੰਨੇ ਖੁਸ਼ ਸੀ ਆਪਾਂ ਜਦ ਦਾ ਇਹ ਪਤਾ ਲੱਗਿਆ ਹੈ ਨਾ ਮੈਨੂੰ ਹੀ ਪਤਾ ਮੇਰੇ ਤੇ ਕੀ ਬੀਤ ਰਹੀ ਹੈ ਉਹ ਯਾਰ ਮੈਂ ਖੁਸ਼ ਨਹੀਂ ਸੀਗਾ ਮੇਰੇ ਆਪਣੇ ਚਾਹ ਨਹੀਂ ਸੀਗੇ ਘਰੇ ਆਓ ਤਾਂ ਵੀ ਉਹੀ ਗੱਲਾਂ ਬਾਹਰ ਜਾਓ ਤਾਂ ਵੀ ਉਹੀ ਗੱਲਾਂ ਹਰਮੀਤ ਪੁੱਤ ਰੋਟੀ ਲੈ ਕੇ ਆਵਾਂ ਲੈ ਕੇ ਆਵਾਂ ਰੋਟੀ ਪੁੱਤ ਉਹ ਰੋਟੀ ਨਾਲ ਕਾਹਦੀ ਨਾਰਾਜ਼ਗੀ ਆ ਦੋ ਵਾਰੀ ਤੇਰੀ ਮਾਂ ਨੇ ਪੁੱਛ ਲਿਆ ਪੁੱਤ ਹੋਇਆ ਕੀ ਆ ਉਹ ਹੋਣ ਨੂੰ ਹਲੇ ਰਹਿ ਗਿਆ ਕੁਛ ਘਰ ਚੋਂ ਬਾਹਰ ਨਿਕਲੋ ਨਾ ਸੱਤ ਚੋਂ ਲੰਘਣਾ ਔਖਾ ਹੋਇਆ ਪਿਆ ਲੋਕ ਮਖੌਲ ਉਡਾਉਂਦੇ ਆ ਮਖੌਲ ਡਬਲ ਡਬਲ ਵਧਾਈ ਮਿਲ ਰਹੀ ਹੈ ਮੈਨੂੰ ਘਰੇ ਆਓ ਤੁਸੀਂ ਦੋਏ ਜੀ ਦੇਖ ਪੰਨੇ ਹੋ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੈਂ ਜਾਵਾਂ ਕਿੱਥੇ ਜਿਹੜੀ ਮੈਨੂੰ ਸਾਰੀਆਂ ਗੱਲਾਂ ਤੋਂ ਆਜ਼ਾਦੀ ਮਿਲ ਜਾਵੇ ਮੈਨੂੰ ਤਾਂ ਮਰਨ ਜੋਗਾ ਕੀਤਾ ਆਪਦੇ ਮੁੰਡੇ ਨੂੰ ਵੀ ਮਾਰੂਗੀ ਜਾ ਪੁੱਤ ਦੇਖ ਕੇ ਆ ਬੇਬੇ ਐ ਤਾਂ ਤੂੰ ਅੰਦਰ ਬੈਠੀ ਉਹ ਹੀ ਬਿਮਾਰ ਹੋ ਜਾਏਗੀ ਮਾੜਾ ਮੋਟਾ ਬਾਹਰ ਅੰਦਰ ਫਿਰ ਆਇਆ ਕਰ ਹੈ ਤੂੰ ਕਾਹਦੀ ਚਿੰਤਾ ਕਰਦੀ ਹੈ ਨਾ ਜੇ ਇਹ ਬਸ਼ਰਮ ਹੋ ਗਏ ਤੂੰ ਵੀ ਹੋ ਜਾ ਇਹ ਤਾਂ ਹੋ ਗਏ ਮੈਥੋਂ ਨਹੀਂ ਹੋਇਆ ਜਾਂਦਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਮੈਂ ਦਰਵਾਜ਼ੇ ਤੋਂ ਪੈਰ ਬਾਹਰ ਕਿਵੇਂ ਕੱਢਾਂ ਨਹੀਂ ਇਸ ਉਮਰ 'ਚ ਮੈਨੂੰ ਅਕਸ਼ ਦੇਖਣਾ ਪੈ ਗਿਆ ਸੱਚੀ ਗੱਲ ਹੈ ਬੇਬੇ ਸਾਰੇ ਪਿੰਡ 'ਚ ਤੇਰੀ ਦੋ ਦੋ ਦਰਾਤੀ ਇਹਨਾਂ ਨੇ ਨਹੀਂ ਤੂੰ ਕਿਹਦੇ ਲੈਣ ਦੀ ਸੀ ਹੈ ਚੱਲ ਚਿੰਤਾ ਨਾ ਕਰ
ਜਿਹਨੇ ਕੰਡੇ ਬੀਜੇ ਆਪੇ ਚੁਗਣਗੇ। ਹੈਂ, ਬਿਮਾਰ ਨਾ ਹੋ ਜੀ, ਆਪਣਾ ਧਿਆਨ ਰੱਖ।